ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਨ ਪ੍ਰਾਪਤ ਕਰਨ ਵਾਲੇ ਭਗਤ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਸੋ ਸਾਡੇ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਗਤ ਨਾਮਦੇਵ ਜੀ ਦਾ ਜਨਮ ਕ੍ਰਿਸ਼ਨ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਣੀ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਵਿਖੇ ਪਿਤਾ ਦਮਾ ਸੇਟੀ ਤੇ ਮਾਤਾ ਗੋਨਾਬਾਈ ਜੀ ਦੇ ਉਧਰ ਤੋਂ 14 ਨਵੰਬਰ 1270 ਈਸਵੀ ਚ ਹੋਇਆ ਆਪ ਵਰਣਮੰਡ ਮੁਤਾਬਕ ਸ਼ੀਂਬਾ ਜਾਤੀ ਨਾਲ ਸਬੰਧਤ ਸਨ ਆਪ ਜੀ ਦੀ ਸ਼ਾਦੀ ਗੋਬਿੰਦ ਸੇਟੀ ਜੀ ਦੀ ਬੇਟੀ ਬੀਬੀ ਰਾਜਾ ਬਾਈ ਜੀ ਨਾਲ ਹੋਈ ਜਿਨ੍ਹਾਂ ਤੇ ਉਧਰ ਤੋਂ ਚਾਰ ਪੁੱਤਰਾਂ ਨੇ ਜਨਮ ਲਿਆ ਨਰਾਇਣ महादेव गोविंद ਤੇ ਵਿਠਲ ਤੇ ਇੱਕ ਬੇਟੀ ਲਿੰਬਾਬਾਈ ਨੇ ਜਨਮ ਲਿਆ ਅਰੰਭਕ ਕਾਲ ਵਿੱਚ ਆਪ ਸ਼ਿਵ ਤੇ ਵਿਸ਼ਨੂੰ ਭਗਤ ਮੰਨੇ ਜਾਂਦੇ ਰਹੇ ਪਰ ਆਤਮ ਗਿਆਨੀ ਵਿशोभा ਖੇਤਰ ਤੇ ਗਿਆਨਦੇਵ ਜਾਨੇਸ਼ਵਰ ਜੀ ਦੀ ਸੰਗਤ ਨਾਲ ਆਪ ਜੀ ਇੱਕ ਨਿਰਾਰਕਾਰ ਰੱਬ ਦੇ ਸੇਵਕ ਜਾਤ ਪਾਤ ਦੇ ਨਿਖੇਧੀ ਕਰਨ ਵਾਲੇ ਅਤੇ ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਿਮਾਤੀ ਬਣ ਗਏ ਆਪ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ ਯਾਦ ਕਰਦੇ ਸਨ ਪਰ ਆਪਣੇ ਸਭ ਤੋਂ ਛੋਟੇ ਤੇ ਪਿਆਰੇ ਪੁੱਤਰ ਦਾ ਨਾਮ ਵਿੱਠਲ ਹੋਣ ਕਾਰਨ ਰੱਬ ਦਾ ਨਾਮ ਹੀ ਵਿੱਠਲ ਜਾਂ ਬੀਠਲ ਵਧੇਰੇ ਪ੍ਰਚਲਿਤ ਕੀਤਾ ਵਿੱਠਲ ਮਰਾਠੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਜੋ ਅਗਿਆਨੀ ਨੂੰ ਸਵੀਕਾਰੇ ਜਾਂ ਮਹਾਮੂਰਖਾਂ ਨੂੰ ਗੱਲ ਨਾਲ ਲਾਏ ਭਗਤ ਨਾਮਦੇਵ ਜੀ ਨੇ ਆਪਣੀ ਰਚੀ ਹੋਈ ਗੁਰਬਾਣੀ ਦੇ ਵਿੱਚ ਇਉਂ ਬਿਆਨ ਕੀਤਾ ਹੈ ਇਭਾ ਬੀਠਲ ਉਬਾ ਵਿਢਲ ਵਿਢਲ ਬਿਨ ਸੰਸਾਰ ਨਹੀਂ ਭਗਤ ਨਾਮਦੇਵ ਜੀ ਗਿਆਨੇਸ਼ਵਰ ਜੀ ਤੋਂ ਉਮਰ ਵਿੱਚ 5 ਸਾਲ ਵੱਡੇ ਸਨ ਇਸ ਲਈ ਕੁਝ ਇਤਿਹਾਸਕਾਰਾਂ ਮੁਤਾਬਕ ਆਪ ਨੇ ਵਿਸੋਭਾ ਖੇਚਰ ਜੀ ਨੂੰ ਆਪਣਾ ਗੁਰੂ ਸਵੀਕਾਰ ਲਿਆ ਸੀ ਭਗਤ ਨਾਮਦੇਵ ਜੀ ਨੇ ਸੰਤ ਗਿਆਨੇਸ਼ਵਰ ਜੀ ਨਾਲ ਮਿਲ ਕੇ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ ਭਗਤੀ ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਾਨਤਾ ਅਤੇ ਇੱਕ ਪ੍ਰਭੂ ਭਗਤੀ ਦਾ ਪਾਠ ਪੜਾਇਆ ਸਨ 1295 ਵਿੱਚ ਸੰਤ ਗਿਆਨੇਸ਼ਵਰ ਜੀ ਦੇ ਪ੍ਰਲੋਕ ਗਮਣ ਤੋਂ ਬਾਅਦ ਆਪ ਜੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਤੇ ਮਰਾਠੀ ਭਾਸ਼ਾ ਤੋਂ ਇਲਾਵਾ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ ਆਪ ਜੀ ਦਾ ਜ਼ਿਆਦਾ ਸਮਾਂ ਲਗਭਗ 60 ਸਾਲ ਦੀ ਉਮਰ ਤੱਕ ਜਾਂ ਸਨ 1330 ਤੱਕ ਮਹਾਰਾਸ਼ਟਰ ਚ ਮੁੰਬਈ ਨੇੜੇ ਭੀਮਾ ਨਦੀ ਦੇ ਕਿਨਾਰੇ ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਡਰਪੁਰ ਜਿਹਨੂੰ ਪੰਡੀਰਪੁਰ ਕਿਹਾ ਜਾਂਦਾ ਹੈ ਉਸ ਵਿੱਚ ਬੀਤਿਆ ਜਿੱਥੇ ਵਿਸ਼ਨੂੰ ਵਿઠੋਵਾ ਦਾ ਪ੍ਰਸਿੱਧ ਮੰਦਰ ਹੈ ਆਪਜੀ ਦੇ ਸਮੇਂ ਮਹਾਰਾਸ਼ਟਰ ਵਿੱਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਪ੍ਰਧਾਨ ਸੀ 나ਥ ਪੰਥ ਜੋ ਅਲਖ ਨਰਿੰਜਣ ਦੀ ਸਾਧਨਾ 'ਚ ਯਕੀਨ ਰੱਖਦਾ ਸੀ ਤੇ ਬਾਹਰੀ ਅਡੰਬਰਾਂ ਦਾ ਵਿਰੋਧੀ ਸੀ ਮਹਾਨੁਭਾਵ ਪੰਥ ਜੋ ਵੈਦਿਕ ਕਰਮਕਾਂਡ ਅਤੇ ਬਹੁ ਦੇਵ ਉਪਾਸ਼ਨਾ ਦਾ ਵਿਰੋਧੀ ਸੀ ਪਰ ਮੂਰਤੀ ਪੂਜਾ ਦਾ ਖੰਡਨ ਨਹੀਂ ਕਰਦਾ ਸੀ ਵਿઠੋਬਾ ਪੰਥ ਜੋ ਪੰਡਰਪੁਰ ਵਿਖੇ ਵਿਸ਼ਨੂੰ ਦੀ ਉਪਾਸਨਾ ਕਰਦਾ ਸੀ ਕੁਝ ਇਤਿਹਾਸਕਾਰਾਂ ਮੁਤਾਬਕ ਇਹਨਾਂ ਵਿੱਚੋਂ ਹੀ ਭਗਤ ਨਾਮਦੇਵ ਜੀ ਪ੍ਰਮੁੱਖ ਸੰਤ ਰਹੇ ਸਨ ਆਮ ਜਨਤਾ ਹਰ ਸਾਲ ਗੁਰੂ ਪੁੰਨਿਆਂ ਅਤੇ ਕੱਤਕ ਦੀ ਇਕਾदशी ਨੂੰ ਇੱਥੋਂ ਦੀ ਯਾਤਰਾ ਕਰਦੀ ਸੀ ਜੋ ਅੱਜ ਵੀ ਪ੍ਰਚਲਿਤ ਹੈ ਇਹ ਵੀ ਵਿਚਾਰ ਦਾ ਵਿਸ਼ਾ ਹੈ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਮਹਾਰਾਸ਼ਟਰ ਵਿੱਚ ਨਾਮਦੇਵ ਨਾਮ ਦੇ ਪੰਜ ਸੰਤ ਹੋਏ ਹਨ ਅਤੇ ਇਹਨਾਂ ਸਭ ਦੀ ਥੋੜੀ-ਬਹੁਤ ਛੰਦ ਅਤੇ ਪਦ ਰਚਨਾ ਕੀਤੀ ਮਿਲਦੀ ਹੈ ਮਹਾਰਾਸ਼ਟਰ ਦੀ ਸੰਤ ਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 500 ਛੰਦ ਲਿਖੇ ਗਏ ਹਨ ਜਿਨ੍ਹਾਂ ਵਿੱਚੋਂ ਲਗਭਗ 600 ਛੰਦਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਸ਼ਬਦ ਦੀ ਛਾਪ ਹੈ ਤੇ ਬਾਕੀ ਵਿੱਚ ਵਿਸ਼ਨੂੰਦਾਸ ਨਾਮਾ ਦੀ ਛਾਪ ਹੈ ਹੁਣ ਤੱਕ ਸਾਰੇ ਮਹਾਰਾਸ਼ਟਰ ਪ੍ਰਾਂਤ ਵਿੱਚ ਭਗਤ ਨਾਮਦੇਵ ਜੀ ਦਾ ਜਸ ਫੈਲ ਚੁੱਕਿਆ ਸੀ ਜਿਵੇਂ ਜਿਵੇਂ ਉਹਨਾਂ ਦੇ ਉਪਦੇਸ਼ ਦੀ ਸ਼ੋਭਾ ਫੈਲ ਰਹੀ ਸੀ ਉੰਜ ਉੰਜ ਉਹਨਾਂ ਦੇ ਉਪਦੇਸ਼ ਸੁਣਨ ਲਈ ਲੋਕ ਦੂਰ ਦਰੋਂ ਆਉਣ ਲੱਗੇ ਇਹਨਾਂ ਦੇ ਉਪਦੇਸ਼ ਸੁਣ ਕੇ ਅਤੇ ਨਾਮਦਾਨ ਲੈ ਕੇ ਭਗਤ ਗਣ ਇਹਨਾਂ ਦਾ ਜਸ ਗਾਉਂਦੇ ਹੋਏ ਜਾਂਦੇ ਸਨ ਹੁਣ ਤੱਕ ਬਿਆੰਤ ਇਸਤਰੀ ਅਤੇ ਪੁਰਖ ਇਹਨਾਂ ਦੇ ਉਪਦੇਸ਼ ਲੈ ਕੇ ਇਹਨਾਂ ਦੇ ਪੈਰੋਕਾਰ ਬਣ ਚੁੱਕੇ ਸਨ ਪਰ ਅਜੇ ਵੀ ਕਈ ਜਾਤੀ ਅਹੰਕਾਰੀ ਅਤੇ ਵਿਦਿਆ ਅਭਿਮਾਨੀ ਬ੍ਰਾਹਮਣ ਉਨ੍ਹਾਂ ਦੇ ਖਿਲਾਫ ਨਿੰਦਿਆ ਕਰਦੇ ਫਿਰਦੇ ਸਨ ਜਿਸ ਦਾ ਬਹੁਤ ਵੱਡਾ ਕਾਰਨ ਇਹ ਸੀ ਕਿ ਭਗਤ ਨਾਮਦੇਵ ਜੀ ਦਾ ਉਪਦੇਸ਼ ਜਾਤ ਪਾਤ ਦੇ ਵਿਰੁੱਧ ਅਤੇ ਕ੍ਰਿਤ੍ਰਮ ਵਸਤੂਆਂ ਦੀ ਪੂਜਾ ਦੇ ਖਿਲਾਫ ਹੁੰਦਾ ਸੀ ਅਤੇ ਇਸ ਦੇ ਅਸਰ ਵੱਲੋਂ ਹਜ਼ਾਰਾਂ ਆਦਮੀ ਪਖੰਡੀ ਬ੍ਰਾਹਮਣਾਂ ਦੇ ਜਾਲ ਵਿੱਚੋਂ ਨਿਕਲ ਕੇ ਆਜ਼ਾਦ ਹੋ ਚੁੱਕੇ ਸਨ ਇਸ ਲਈ ਆਪਣੇ ਰੋਜ਼ਗਾਰ ਵਿੱਚ ਘਾਟਾ ਅਨੁਭਵ ਕਰਨ ਵਾਲੇ ਬ੍ਰਾਹਮਣ ਇਹਨਾਂ ਦੇ ਵਿਰੁੱਧ ਹੋ ਗਏ ਅਤੇ ਉਹਨਾਂ ਕੋਲੋਂ ਬਦਲਾ ਲੈਣ ਦੇ ਤਾੜ ਵਿੱਚ ਫਿਰਦੇ ਸਨ ਪਰ ਉਹ ਭਗਤ ਨਾਮਦੇਵ ਜੀ ਦਾ ਕੁਝ ਵੀ ਨਹੀਂ ਵਿਗਾੜ ਸਕੇ ਸਗੋਂ ਭਗਤ ਨਾਮਦੇਵ ਜੀ ਨੇ ਆਪਣੇ ਇਰਾਦੇ ਨੂੰ ਹੋਰ ਵੀ ਪੱਕਾ ਅਤੇ ਦ੍ਰਿੜ ਕਰ ਲਿਆ ਭਗਤ ਨਾਮਦੇਵ ਜੀ ਨੇ ਇਰਾਦਾ ਕੀਤਾ ਕਿ ਹਰੀ ਨਾਮ ਦਾ ਕੀਰਤਨ ਅਤੇ ਪਖੰਡ ਖੰਡਣ ਦਾ ਪ੍ਰਚਾਰ ਕਿਸੇ ਭਾਰੀ ਇਕੱਠ ਵਿੱਚ ਕਰਨਾ ਚਾਹੀਦਾ ਹੈ ਮਹਾਰਾਸ਼ਟਰ ਪ੍ਰਾਂਤ ਵਿੱਚ ਅਵੰਡਾ 나ਗਨਾਥ ਅਤੇ ਉਡੀਲਾ 나ਗਨਾਥ ਜੋ ਕਿ ਇੱਕ ਪ੍ਰਸਿੱਧ ਨਗਰ ਹੈ ਜਿੱਥੇ ਇੱਕ ਆਲੀਸ਼ਾਨ ਮੰਦਿਰ ਹੈ ਇੱਥੇ ਮਹਾ ਸ਼ਿਵਰਾਤਰੀ ਦਾ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਭਾਰੀ ਭੀੜ ਦੂਰ ਦੂਰ ਤੋਂ ਆਉਂਦੀ ਹੈ ਭਗਤ ਨਾਮਦੇਵ ਜੀ ਨੇ ਸਲਾਹ ਕੀਤੀ ਕਿ ਇਸ ਸਮੇਂ ਮੇਲੇ ਵਿੱਚ ਜਾ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰੇ ਭਗਤ ਨਾਮਦੇਵ ਜੀ ਸੰਗਤ ਸਮੇਤ ਹਰ ਜਸ ਗਾਉਂਦੇ ਹੋਏ ਮੰਦਿਰ ਦੇ ਅੰਦਰ ਚਲੇ ਗਏ ਸ਼ਰਧਾਲੂ ਪੁਰਖਾਂ ਨੇ ਉਹਨਾਂ ਦਾ ਬੜੀ ਸ਼ਰਦਾ ਦੇ ਨਾਲ ਸਵਾਗਤ ਕੀਤਾ ਅਤੇ ਉਹਨਾਂ ਦੇ ਲਈ ਆਸਨ ਲਵਾ ਦਿੱਤਾ। ਇਰਖਾਲੂਪੁਰਖ ਅਤੇ ਬ੍ਰਾਹਮਣ ਜਿਨ੍ਹਾਂ ਦੇ ਧੰਦੇ ਵਿੱਚ ਫਰਕ ਪੈਂਦਾ ਸੀ ਉਹ ਸੜ ਪੁੱਜ ਗਏ। ਪੁਜਾਰੀ ਇਸ ਸਮੇਂ ਆਰਤੀ ਕਰ ਰਿਹਾ ਸੀ। ਭਗਤ ਨਾਮਦੇਵ ਜੀ ਨੇ ਇਕੱਠੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਬਾਣੀ ਉਚਾਰਨ ਕੀਤੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਆਸਾ ਦੇ ਸਰਲੇਖੇ ਹੇਠ ਦਰਜ ਹੈ। ਆਨਿਲੇ ਕੁੰਭ ਪਰਾਈਲੇ ਉਦਕ ठाकुर को स्नान करो बयालिस लख जी जल में होते बिठल पैला काय करो जत्र जाओ तत बिठल पैला महा आनंद करे सदकेला रहाओ आनीले फूल परोइले माला ठाकुर की हो पूज करो पहले बास ले है पवरे बिठल पैला काय करो आनीले दूध रिधाइले कीरंग ठाकुर को नावेद करो ਪਹਿਲੇ ਦੁੱਧ ਬਟਾਰੇ ਉਹ ਬਛਰਾ ਵਿਠਲ ਪਹਿਲਾ ਕਾਹੇ ਕਰੋ ਈ ਬੈ ਵਿਠਲ ਉਬੈ ਵਿਠਲ ਵਿਠਲ ਬਿਨ ਸੰਸਾਰ ਨਹੀਂ ਤਾਨ ਤਨੰਤਰ ਨਾਮਾ ਪ੍ਰਣਮੈ ਪੂਰ ਰਿਓ ਤੂ ਸਰਬਮਹੀਂ ਭਗਤ ਨਾਮਦੇਵ ਜੀ ਆਰਤੀ ਕਰਨ ਵਾਲਿਆਂ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ ਘੜਾ ਪਾਣੀ ਵਿੱਚੋਂ ਭਰ ਕੇ ਠਾਕੁਰ ਦਾ ਇਸ਼ਨਾਨ ਕਰਨ ਲਈ ਲਿਆਉਂਦੇ ਹੋ ਪਰ ਪਾਣੀ ਵਿੱਚ ਤਾਂ 42 ਲੱਖ ਜੀਵ ਜੰਮਦੇ ਰਹਿੰਦੇ ਹਨ ਤਾਂ ਪਾਣੀ ਕਿਸ ਪ੍ਰਕਾਰ ਵੱਲੋਂ ਪਵਿੱਤਰ ਹੋਇਆ ਉਹ ਪਿਆਰਾ ਈਸ਼ਵਰ ਬੀਠਲ ਹਰ ਸਥਾਨ ਉੱਤੇ ਵਿਆਪਕ ਹੈ ਅਤੇ ਆਨੰਦ ਕਰ ਰਿਹਾ ਹੈ ਫਿਰ ਤੁਸੀਂ ਫੁੱਲ ਲੈ ਕੇ ਆਉਂਦੇ ਹੋ ਈਸ਼ਵਰ ਦੇ ਪੂਜਾ ਕਰਨ ਦੇ ਲਈ ਪਰ ਉਹ ਫੁੱਲ ਤਾਂ ਪਹਿਲਾਂ ਭਵਰੇ ਨੇ ਸੁੰਘ ਲਏ ਜਾਨੀ ਕਿ ਝੂਠੇ ਕਰ ਦਿੱਤੇ ਹਨ ਉਹ ਠਾਕੁਰ ਦੇ ਕਿਸ ਕੰਮ ਦੇ ਤੁਸੀਂ ਦੁੱਧ ਲਿਆ ਕੇ ਖੀਰ ਬਣਾਉਂਦੇ ਹੋ ਤਾਂ ਕਿ ਠਾਕੁਰ ਜੀ ਨੂੰ ਭੋਗ ਲਗਾਇਆ ਜਾ ਸਕੇ ਪਰ ਦੁੱਧ ਤਾਂ ਪਹਿਲਾਂ ਹੀ ਬਛੜੇ ਵੱਲੋਂ ਝੂਠਾ ਕਰ ਦਿੱਤਾ ਹੈ ਠਾਕੁਰ ਪਿਆਰਾ ਕਿਸ ਪ੍ਰਕਾਰ ਵੱਲੋਂ ਇਸ ਭੋਗ ਨੂੰ ਕਬੂਲ ਕਰੇ ਇੱਥੇ ਵੀ ਈਸ਼ਵਰ ਹੈ ਉੱਥੇ ਵੀ ਈਸ਼ਵਰ ਹੈ ਜਾਨੀ ਕਿ ਉਹ ਪ੍ਰਮਾਤਮਾ ਹਰ ਸਥਾਨ ਉੱਤੇ ਵਿਆਪਕ ਹੈ ਨਾਮਦੇਵ ਉਹਨਾਂ ਨੂੰ ਪ੍ਰਣਾਮ ਕਰਦਾ ਹੈ ਜੋ ਹਰ ਸਥਾਨ ਉੱਤੇ ਵਿਆਪਕ ਹੈ ਸਾਰੇ ਬ੍ਰਾਹਮਣ ਕ੍ਰੋਧ ਵਿੱਚ ਆ ਕੇ ਬੋਲੇ ਨਾਮਦੇਵ ਮੰਦਰ ਦੇ ਅੰਦਰ ਉਪਦੇਸ਼ ਕਰਨ ਦਾ ਤਾਂ ਕਾਰਜ ਤਾਂ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ ਤੁਸੀਂ ਇੱਥੋਂ ਚਲੇ ਜਾਓ ਜਾਂ ਫਿਰ ਆਪਣਾ ਪ੍ਰਚਾਰ ਬੰਦ ਕਰ ਦਿਓ ਭਗਤ ਨਾਮਦੇਵ ਜੀ ਨੇ ਸਬਰ ਵੱਲੋਂ ਕਿਹਾ ਬ੍ਰਾਹਮਣ ਦੇਵਤਾਓ ਈਸ਼ਵਰ ਨੇ ਸਾਰੇ ਜੀਵਾਂ ਨੂੰ ਇੱਕ ਸਮਾਨ ਬਣਾਇਆ ਹੈ ਉਹਨਾਂ ਦੇ ਲਈ ਚੰ드ਰਮਾ ਸੂਰਜ ਹਵਾ ਪਾਣੀ ਸਾਰੀ ਵਸਤੂਆਂ ਨੂੰ ਇੱਕ ਸਮਾਨ ਬਣਾਇਆ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਰ ਸਿਮਰਨ ਦਾ ਜਾਂ ਧਰਮ ਉਪਦੇਸ਼ ਕਰਨ ਦਾ ਠੇਕਾ ਕੇਵਲ ਬ੍ਰਾਹਮਣਾਂ ਦੇ ਕੋਲ ਹੈ ਜੇਕਰ ਆਪ ਵਿੱਚ ਤਰਸ ਧਰਮ ਪ੍ਰੇਮ ਦੋਸਤੀ ਭਾਵ ਨਹੀਂ ਹੈ ਤਾਂ ਫਿਰ ਆਪਣੇ ਆਪ ਨੂੰ ਬ੍ਰਾਹਮਣ ਕਿਸ ਪ੍ਰਕਾਰ ਕਹਾਉਂਦੇ ਹੋ ਤੁਸੀਂ ਬ੍ਰਾਹਮਣਾਂ ਦੇ ਘਰ ਪੈਦਾ ਹੋਣ ਦੇ ਕਾਰਨ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਹੋ ਤਾਂ ਇਹ ਤੁਹਾਡੀ ਭੁੱਲ ਹੈ ਕਿਉਂਕਿ ਜੋ ਆਦਮੀ ਬ੍ਰਾਹਮਣ ਦੇ ਘਰ ਜਨਮ ਲੈ ਕੇ ਪ੍ਰਿਸ਼ਟ ਕਰਮ ਕਰੇ ਅਤੇ ਮਲੀਨ ਪੈਸਾ ਅਰਜਿਤ ਕਰੇ ਤਾਂ ਕਿ ਤੁਸੀਂ ਉਸ ਨੂੰ ਬ੍ਰਾਹਮਣ ਸਮਝਣ ਲੱਗ ਜਾਓਗੇ ਅਤੇ ਇੱਕ ਆਦਮੀ ਕਿਸੇ ਨੀਵੀਂ ਜਾਤ ਵਾਲੇ ਦੇ ਕਰਮ ਜਨਮ ਲੈ ਕੇ ਵੇਦ ਵਕਤਾ ਅਤੇ ਪਵਿੱਤਰ ਧਰਮ ਧਾਰੀ ਹੋਵੇ ਕੀ ਤੂ ਸੀ ਉਸ ਨੂੰ ਨੀਚ ਕਹੋਗੇ ਭਗਤ ਨਾਮਦੇਵ ਜੀ ਦੇ लाजवाब ਪ੍ਰਵਚਨ ਸੁਣ ਕੇ ਸਾਰੇ ਬ੍ਰਾਹਮਣ ਖਾਮੋਸ਼ ਹੋ ਗਏ ਭਗਤ ਨਾਮਦੇਵ ਜੀ ਨੇ ਆਪਣੇ ਸੰਸਾਰਿਕ ਸਫਰ ਦੇ ਆਖਰੀ 18 ਸਾਲ ਪੰਜਾਬ ਦੇ ਪਿੰਡ ਕੁਮਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੀਤ ਕੀਤੇ ਜਿੱਥੇ ਉਹਨਾਂ ਨੇ 80 ਸਾਲ ਉਮਰ ਭੋਗਦਿਆਂ 2 ਮਾਘ ਸੰਮਤ 1406 ਜਾਨੀ ਕਿ ਸਨ 1350 ਈਸਵੀ ਨੂੰ ਅੰਤਮ ਸਵਾਸ ਲਿਆ ਸਰਦਾਰ ਜਸਪਾਲ ਸਿੰਘ ਰਾਮ ਗੜੀਆ ਜੀ ਨੇ ਆਪ ਜੀ ਜਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਇਸ ਇਤਿਹਾਸਿਕ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਜਿੱਥੇ ਹੁਣ ਤਪਿਆਣਾ ਸਹਿਬ ਸ਼ਸ਼ੋਭਤ ਹੈ ਅਤੇ ਹਰ ਸਾਲ ਦੋ ਮਾਘ ਨੂੰ ਭਾਰੀ ਮੇਲਾ ਲੱਗਦਾ ਹੈ ਆਪ ਜੀ ਦੀ ਬਾਣੀ ਨੂੰ ਗੁਰਮਤ ਅਨਕੂਲ ਪ੍ਰਵਾਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਸਨ 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਜੋ 18 ਰਾਗਾਂ ਵਿੱਚ ਕੁੱਲ 61 ਸ਼ਬਦ ਹਨ ਸੋ ਇਹ ਸੀ ਸੰਖੇਪ ਇਤਿਹਾਸ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਜੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ